ਫਰਸ਼ਾਂ ਦੀ ਗੱਲ ਪਹਿਲੇ ਅਸਾਂ ਵੀ ਜਾਣਿਆ ਸਾਡਾ ਫਰਸ਼ ਮੁੱਕੀ ਜਾ ਉਮੀਦ ਕਰਨਾ ਸਾਰੇ ਵੱਲੋਂ ਸੋ ਮੈਂ ਇਰਫਾਨ ਜ਼ਫਰ ਸੋ ਤਕੀਰੋ ਕਸ਼ਮੀਰ ਟੀਵੀ ਜਨਾਬ ਵਾਲਾ ਵੈਲਕਮ ਬੈਕ ਵੁੱਡ ਹਾਊਸ ਨਾਲ ਜਿਹਾ ਪ੍ਰੋਜੈਕਟ ਅਸਾਂ ਸ਼ੁਰੂ ਕੀਤੇ ਆ ਸੀ ਪਾਰਟ ਨੰਬਰ ਇਸ ਨਾਲ 13 ਜਿਸ ਤਰ੍ਹਾਂ ਕਿ ਇੱਕ ਹਫ਼ਤਾ ਹੋ ਗਿਆ ਵਾ ਅਸਾਂ ਇਸ ਨਾਲ ਕੰਮ ਰੋਕਿਆ ਸੀ ਜਿਸ ਤਰ੍ਹਾਂ ਤੁਸੀਂ ਪਤਾ ਕਸ਼ਮੀਰ ਨੀ ਜਰਨੀ ਯੇ ਵੋ ਫਿਰ ਐਕਸੀਡੈਂਟ ਬਾਕੀ ਸਾਰੇ ਮਾਮਲਾਤ ਇਸ ਵਜ੍ਹਾ ਤੋਂ ਉਹਨਾਂ ਚੀਜ਼ਾਂ ਦੇ ਵਿੱਚ ਮੈਂ ਫਿਰ ਮਸਰੂਫ ਹੋ ਗਿਆ ਸਾਂ ਤਾਂ ਅੱਜ ਮੈਂ ਤਾਂ ਬਾਬਾ ਹਾਂ ਮਾਸ਼ਾ ਅੱਲਾ ਦੁਬਾਰਾ ਇਸ ਪ੍ਰੋਜੈਕਟ ਕੀ ਕੰਟੀਨਿਊ ਕਰਨ ਲਿਆ ਅੱਲਾ ਨੇ ਫਜ਼ਲੋ ਕਰਮ ਨੇ ਨਾਲ ਔਰ ਜਲਦ ਅਜ਼ ਜਲਦ ਸਾਡੀ ਕੋਸ਼ਿਸ਼ ਹੈ ਇਸ ਕੀ ਮੁਕੰਮਲ ਕੀਤਾ ਜਾਏ ਲੇਕਿਨ ਤੁਸੀਂ ਪਤਾ ਮੌਸਮ ਗਰਮੀ ਐਸਾ ਅਜੀਬ ਜੀ ਕੋਈ ਗਰਮੀ ਹੈ ਨਾ ਕਿ ਬਿਲਕੁਲ ਬੰਦੇ ਨਾਲ ਦਿਲ ਨਹੀਂ ਕਰਨਾ ਤੋਂ ਪੈਨਿਕ ਨੇ ਲੇਕਿਨ ਅਲਹਮਦੁਲਿਲਾ ਇਨਸ਼ਾਅੱਲਾ ਅਸਾਂ ਧੁੱਪ ਵੀ ਬਰਦਾਸ਼ਤ ਕਰ ਸਾ ਲੇਕਿਨ ਆਪਣਾ ਜਿਹੜਾ ਇਹ ਪ੍ਰੋਜੈਕਟ ਛੋ ਆ ਨਾ ਅੱਲਾ ਨੇ ਫਜ਼ਲੋ ਕਰਮ ਨੇ ਨਾਲ ਇਸੀ ਅਸਾਂ ਮੁਕਾਉਣਾ ਔਰ ਬਾਬਾ ਖਾਨ ਇੱਕ ਵਾਰ ਸਭ ਕੋ ਸਲਾਮ ਦੁਆ ਦੇ ਦੇ ਅਸਲਾਮ ਅਲੈਕੁਮ ਮੇਰਾ ਸਭ ਕਾ ਦੁਆ ਸਲਾਮ ਕਬੂਲ ਓ ਮਨਜ਼ੂਰ ਕਰੋ ਬਾਬਾ ਖਾਨ ਮੈਂ ਇੱਕ ਹਫਤਾ ਆਪਸੇ ਜੁਦਾ ਰਹਾ ਆਪਕੋ ਮੇਰੀ ਯਾਦ ਆਈ ਹੈ ਹਾਂ ਮੈਂ ਕਿਉਂ ਨਹੀਂ ਯਾਦ ਹੈ ਮੈਂ ਬਹੁਤ ਦੂਰ ਜਾ ਤੇ ਮਾਲੂਮ ਹੈ ਉਹ ਮੀਰਪੁਰ ਬਹੁਤ ਦੂਰ ਹੈ ਤਾਂ ਮਾਲੂਮ ਹੈ 2 ਘੰਟਾ 3 ਘੰਟਾ ਸਫ਼ਰ ਹੈ ਪੂਰੀ ਕੋਸ਼ਿਸ਼ ਹੈ ਕਿ ਵੁੱਡ ਹਾਊਸ ਮੁਕੰਮਲ ਕਰੀਏ ਅਸੀਂ ਇੱਕ ਜਰਨੀ ਕਰ ਸਾਂ ਸਵਾਦ ਦੀਨ ਕਲਾਮ ਬਾਵੇ ਖਾਨ ਨਾਲ ਜਿਹੜਾ ਇਲਾਕਾ ਨਾ ਇਨਸ਼ਾਅੱਲਾ ਉਸ ਕੀ ਅਸਾਂ ਦੋਵਾਂ ਐਕਸਪਲੋਰ ਕਰਨਾ ਵਾ ਉਹ ਜਰਨੀ ਮਾਰੀ ਤਾਂ ਬਾਬਾ ਖਾਨ ਨੇ ਇਨਸ਼ਾਅੱਲਾ ਉਸੀ ਗੱਠੀ ਹੋ ਔਰ ਉਹ ਵੀ ਸਾਡੇ ਵਿਊਵਰਸ ਬੜੀ ਇੰਜੋਏ ਕਰ ਸਕ ਬਹਰਹਾਲ ਚਲੋ ਇਨਸ਼ਾਅੱਲਾ ਸ਼ੁਰੂ ਕਰਨੇ ਆ ਅੱਜ ਦੇ ਦਿਨ ਅੱਲਾ ਨੇ ਫਜ਼ਲੋ ਕਰਮ ਨੇ ਨਾਲ ਆਗਾਜ਼ ਕਰਨੇ ਆ ਉਸਾ ਵਿਊ ਤਾਂ ਬੜਾ ਮਿਸ ਕੀਤਾ ਉਸ ਇਸਲਾ ਨਜ਼ਰ ਮਾਰੋ ਹਾਂ ਕਿਆ ਇਹ ਖੂਬਸੂਰਤ ਮੰਜ਼ਰ ਹੈ ਡੈਮ ਵੀ ਜਿਹੜਾ ਵਾ ਇਹ ਕਾਫੀ ਸਪੀਡ ਨੇ ਨਾਲ ਚੜੇ ਹਲਾ ਛਣਾ ਵੈ ਬਲਕਿ ਆਈ ਗਿਆ ਵਾ ਕੋਈ ਟਾਈਮ ਤੋਂ ਬਾਅਦ ਬਹੁਤ ਜਲਦੀ ਇੱਥੇ ਥੱਲੇ ਸਾਡੇ ਘਰਾਂ ਨੇ ਨਾਲ ਆਈ ਸੀ ਇਹ ਜਿਹੜੇ ਬੱਟੇ ਸਾਰੇ ਨੇ ਕਵਰ ਹੋ ਜਾ ਸਨ ਜਿਹੜੀ ਤੁਸੀਂ ਐਮਟੀ ਸਪੇਸ ਇਸਲਾ ਦਿਸਣ ਲੱਗੀ ਵੀ ਹੈ ਨਾ ਇਹ ਡੈਮ ਵਿੱਚ ਜਗ੍ਹਾ ਇਹ ਵੀ ਖਤਮ ਹੋ ਗਿਆ ਸੀਗਾ ਇਹ ਬਸ ਬਾੜੀਆਂ ਖਤਮ ਤਾਂ ਡੈਮ ਸਮਝੋ ਫੁੱਲ ਹੈ ਤਾਂ ਉਧਰੋਂ ਉਹ ਚਿੱਟੇ ਬੱਟੇ ਇਹ ਸਾਰੇ ਹਾਈਡ ਹੋਈ ਜਾ ਸਨ ਜਿਹੜਾ ਡੈਮ ਫੁੱਲ ਹੋ ਸੀ ਓਵਰਆਲ ਇਹ ਫੁੱਲ ਹੈ ਤਾਂ ਥੋੜ੍ਹੇ ਰਹਿ ਗਿਆ ਇਨਸ਼ਾਅੱਲਾ ਗੈਪ ਅੱਲਾ ਖੈਰ ਕੀਤੀ ਤਾਂ ਲਾਸਟ ਵਲੋਗ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਨਾਲ ਇਹ ਬੈਕਗਰਾਊਂਡ ਦਰਵਾਜ਼ਾ ਉਹ ਸੀ ਔਰ ਇਸ ਨਾਲ ਫਰੰਟ ਜਿਹੜਾ ਦਰਵਾਜ਼ਾ ਵੈ ਨਾ ਇਹ ਇਹ ਲਾਓ ਸੀ ਇਸ ਜਗ੍ਹਾ ਫਰੰਟ ਇਸ ਨਾਲ ਦਰਵਾਜ਼ਾ ਸੀ ਔਰ ਇੱਥੇ ਇਸ ਨੀ ਨਾਈਸ ਜੀ ਇੱਕ ਵਿੰਡੋ ਉਹ ਸੀ ਟੈਰਿਸ ਤਾਂ ਤੱਕਣੇ ਉਸੋ ਅਸਾਂ ਬੜਾ ਖੂਬਸੂਰਤ ਬਣਾਈ ਛੋੜਿਆ ਸੀ ਲੇਕਿਨ ਇਸਨੇ ਦੋਵਾਂ ਸਾਈਡਾਂ ਤੋਂ ਚੜ੍ਹਨੇ ਨਹੀਂ ਕੋਈ ਜਗ੍ਹਾ ਨਹੀਂ ਸਭ ਤੋਂ ਪਹਿਲੇ ਜਿਹੜਾ ਕੰਮ ਸਟਾਰਟ ਕਰ ਸਾ ਨਾ ਅੱਜ ਟੈਰਿਸ ਨੀਆਂ ਪੌੜੀਆਂ ਬਣਾਉਣੀਆਂ ਕਿ ਆਰਾਮ ਨੇ ਨਾਲ ਅਸਾਂ ਟੈਰਿਸ ਨੇ ਆਪਾਂ ਜ਼ਿਲ੍ਹੇ 'ਚਾਂ ਮਕਾਨਾਂ ਨੇ ਅੰਦਰ ਇੰਟਰ ਹੋਏ ਤੋਂ ਬਗੈਰ ਹੀ ਚੜ੍ਹੀ ਅੱਛਾ ਕਰਾਂ ਤਾਂ ਕਿ ਸਾਡੇ ਕੰਮ ਕਰਨ ਵਿੱਚ ਅਸਾਂ ਕੀ ਆਸਾਨੀ ਹੋਵੇ ਔਰ ਬਾਅਦ ਵਿੱਚ ਵੀ ਟੈਰਿਸ ਵਾਸਤੇ ਇੱਕ ਐਕਸੈਸ ਹੋਵੇ ਮਕਾਨਾਂ ਤੋਂ ਬਗੈਰ ਉੱਪਰ ਚੜ੍ਹਨੇ ਨਾ ਇਹ ਜਿਹੜਾ ਫਰਸ਼ ਤੱਕਣੇ ਉਹਨੂੰ ਇਸ ਕੀ ਵੀ ਇਤਨੇ ਨਾਈਸਲੀ ਐਂਡ ਸਮੂਥਲੀ ਫੱਟੇ ਲਾ ਸਾ ਨਾ ਇਨਸ਼ਾਅੱਲਾ ਕਿ ਬਹੁਤ ਹੀ ਖੂਬਸੂਰਤ ਹੋਈ ਜਾਸੀ ਇਹ ਸਾਡੇ ਕੋਲ ਜਿਹੜੀਆਂ ਬਲੀਆਂ ਤੱਕਣੇ ਹੁਣ ਇੱਕ ਇੱਕ ਰਹਿਣੀਆਂ ਸਪੈਸ਼ਲ ਮੈਂ ਆਉਂਦੀਆਂ ਸਖਤ ਕਿਉਂਕਿ ਕਿੱਕਰ ਬਹੁਤ ਹੀ ਮਜ਼ਬੂਤ ਲੱਕੜ ਹੋਣੀ ਇੱਥੋਂ ਅਸਾਂ ਹੀ ਸੀੜੀ ਜਿਹੜੀ ਹੈ ਨਾ ਇਹ ਬਨਾਸਾ ਚੜ੍ਹਨੇ ਲਈ ਔਰ ਇਹੀ ਲੱਕੜ ਇਸਤੇਮਾਲ ਕਰ ਸਾ ਅਸਾਂ ਕਿੱਕਰਾਂ ਨਾਲ ਅਸਾਂ ਕੀ ਇਹ ਫਾਇਦਾ ਵੈ ਕਿ ਇਹ ਇਨਸ਼ਾਅੱਲਾ ਤਰੁੱਟਣ ਨਹੀਂ ਲਈ ਔਰ ਇਸਕੀ ਸੀਖ ਵੀ ਨਾ ਇਤਨੀ ਜਲਦੀ ਨਹੀਂ ਖਾਣ ਲਈ ਲੱਕੜੀ ਗੀ ਲੇਕਿਨ ਇੱਥੇ ਥੱਲੇ ਹੁਣ ਢਲਾਈ ਹੈ ਪਹਿਲੇ ਮੈਂ ਤਾਂ ਬਾਬਾ ਖਾਨ ਨੇ ਜਗ੍ਹਾ ਥੋੜ੍ਹੀ ਖੁਦਾਈ ਕਰੀ ਬਰਾਬਰ ਕਰ ਸਾਂ ਫਿਰ ਇੱਥੋਂ ਜਨਾਬ ਵਾਲਾ ਇਹ ਸੀੜੀ ਜਾ ਸੀ ਇਸੇ ਤਰ੍ਹਾਂ ਇੱਕ ਪਰਿਉਂ ਜਾ ਸੀ ਔਰ ਯਕੀਨਨ ਇਹ ਦੋਵੇਂ ਸੀੜੀਆਂ ਇਸ ਟੈਰਿਸ ਕੀ ਇਸ ਘਰ ਨਹੀਂ ਖੂਬਸੂਰਤੀ ਕੀ ਮਜ਼ੀਦ ਹੁਣ ਇਨਸ਼ਾਅੱਲਾ ਇਜ਼ਾਫਾ ਕਰ ਸਕਣ
ਤਾਂ ਚਲੋ ਅੱਜ ਨਾ ਕੰਮ ਇਨਸ਼ਾਅੱਲਾ ਸ਼ੁਰੂ ਕਰਨੇ ਅੱਲਾ ਨੇ ਫਜ਼ਲੋ ਕਰਮ ਨੇ ਨਾਲ। ਇਨਸ਼ਾਅੱਲਾ ਇਸ ਘਰਾਂ ਨੀ ਏ ਟੂ ਜ਼ੈਡ ਜਿਹੜੀ ਹੈ ਨਾ ਡਿਜ਼ਾਇਨਿੰਗ ਉਹ ਮੈਂ ਖੁਦ ਕਰੀ ਰਿਹਾ ਵਾਂ ਅੱਲਾ ਨੇ ਹੁਕਮ ਹੈ ਨਾਲ, ਇੱਕ ਇੱਕ ਚੀਜ਼ ਜਿਹੜੀ ਹੈ ਨਹੀਂ ਨਹੀਂ ਆਪਣੇ ਹੱਥਾਂ ਨਾਲ ਔਰ ਆਪਣੇ ਦਿਮਾਗਾਂ ਨਾਲ ਇਨਸ਼ਾਅੱਲਾ ਸਭ ਕੁਝ ਡਿਜ਼ਾਇਨ ਕਰੀ ਰਿਹਾ ਵਾਂ। ਇਨਸ਼ਾਅੱਲਾ ਇੱਥੇ ਅਸੀਂ ਸੁਰਾਖ ਕਰਨੇ ਹਾਂ ਕਿ ਆ ਕਿ ਇੱਥੋਂ ਅਸਾਂ ਨੱਟ ਲਾਈ ਕਿਆ ਨਾ ਇਸ ਪ੍ਰਸੰਗੇ ਪੱਕਾ ਇਸ ਪਿਲਰ ਨਾਲ ਜੁਆਇੰਟ ਕਰੀ ਛੋੜ ਸਾਂ ਤਾਂ ਕਿ ਜਿਹੜਾ ਇਸ ਉੱਪਰ ਅਸਾਂ ਚੜ੍ਹਾ ਨਾ ਤਾਂ ਇਹ ਬਿਲਕੁਲ ਪ੍ਰਸੰਗ ਜਿਹੜੀ ਆ ਨਾ ਆਪਣੀ ਜਗ੍ਹਾ ਰਵੇ। ਆ ਲੈ ਨਾ ਪਤਾ ਨਹੀਂ ਡਰਿੱਲ ਵੀ ਜਨਾਬ ਸਾਥ ਛੋੜਨੇ ਜਾਣੀਆਂ, ਅੱਲਾ ਖੈਰ ਕਰਨ, ਅੱਲਾ ਹੀ ਬਿਹਤਰ ਕਰਨ, ਇਸ ਡਰਿੱਲਾ ਨੇ ਬੜਾ ਆਸਰਾ ਆਸਾਂ ਕੀ ਜਿਹੜੇ ਇਸਨੇ ਫੁੱਟ ਸਟੈਪਸ ਨਾ ਉਹ ਵੀ ਕਿਕਰਾ ਨਹੀਂ ਲੱਗ ਸਕਣ ਤਾਂ ਹੀ ਇਹ ਵਜ਼ਨ ਚਾਸੀ ਸਾਰਾ ਫੁੱਟ ਸਟੈਪਸ ਨਾ ਬਲਕਿ ਅਸਾਂ ਹੁਣ ਮਾਰਕਲ ਵੀ ਨਹੀਂ ਆਇਆ ਜੇ ਮਿਸਤਰੀ ਬਣਾ ਲੱਕੜੀ ਨੇ ਤੇ ਪੂਰੇ ਬਣਾ ਨਾ ਫਿਰ ਅੱਧੇ ਕੀ ਅਸਾਂ ਬਣਾ ਸੀਤਾ ਹਰ ਚੀਜ਼ ਕਿਸਾ ਨਾ ਵਾ ਇਨਸ਼ਾਅੱਲਾ ਨਾ ਅਸਾਂ ਹੁਣ ਆਪਣੇ ਕੋਲ ਰੱਖੀ ਕਹਿੰਦੀ ਹੈ। ਬਾਰੀ ਆ ਜਿਹੜੇ ਸਟੈਪਸ ਬਣਾਏ ਨਾ ਇਸੀ ਚਾਰ ਤਕਰੀਬਨ ਸਟੈਪਸ ਲੱਗਣੇ ਨੇ ਚਾਰ ਤੋਂ ਪੰਜ ਸਟੈਪ ਇਸੀ ਲੱਗ ਸਨ ਹੁਣ ਇਹਨਾਂ ਨੇ ਸਟੈਪਸ ਲਾਉਣੇ ਵਾਸਤੇ ਸਹੀ ਤਰੀਕੇ ਦੀ ਮਾਰਕਿੰਗ ਚਾਹੀਦੀ ਹੈ ਅਸਾਂ ਕਿ ਬਾਅਦ ਜਿਹੜੇ ਸਟੈਪਸ ਇਹਨਾਂ ਵੱਲ ਲੱਗੀ ਜਾਣ ਤਾਂ ਫਿਰ ਕੰਮ ਖਰਾਬ ਹੋਈ ਜਾਏ। ਅਗਰ ਉੱਚੇ ਨੀਵੇਂ ਹੋਏ ਤਾਂ ਵੀ ਕਿਹਾ ਸਾ ਨਾ ਨਾ ਨਹੀਂ ਠੀਕ ਲੱਗਣ ਦੇ ਇਸ ਤਰ੍ਹਾਂ ਲੱਗ ਬਾਬਾ ਸਹੀ ਸੋਹਣਾ ਸਟੈਪ ਤੱਕ ਹੋਈ ਗਿਆ ਹੁਣ ਇਸੀ ਕਿਲ ਲਾਣੇ ਆ ਸਹੀ ਤਰੀਕੇ ਨੇ ਨਾਲ ਤਾਂ ਪਤਾ ਲੱਗ ਸੀ ਧੁੱਪ ਕੀਆਂ ਕਿ ਤੇਜ਼ ਹੋਈ ਗਈ ਆ ਇਸ ਵਜ੍ਹਾ ਤੋਂ ਮੈਂ ਤਾਂ ਬਾਬਾ ਹਾਂ ਹੁਣ ਇਸ ਟੈਰਿਸ ਨੇ ਥੱਲੇ ਕੰਮ ਕਰ ਸਾ ਇਹ ਟੈਰਿਸ ਜਿਹੜਾ ਇੱਕ ਮਹਿਫੂਜ਼ ਛੱਤ ਨਹੀਂ ਤਰ੍ਹਾਂ ਇਹ ਪੂਰੀ ਦਿਨ ਇੱਥੇ ਛਾਂ ਰਹੇ ਸੀ ਮਤਲਬ ਕਿ ਧੁੱਪ ਨਹੀਂ ਇੱਥੇ ਲੱਗਣ ਲਈ ਜਿਸ ਮਰਜ਼ੀ ਆ ਕੋਨੇ 'ਚ ਸੂਰਜ ਖਿੜਿਆ ਕਿਉਂਕਿ ਇਹਨਾਂ ਛੱਤ ਮਾਸ਼ਾਅੱਲਾ ਕਾਫੀ ਬੜਾ ਇਹ ਬੜਾ ਸਾ ਐਡਵਾਂਟੇਜ ਹੋਈ ਗਿਆ ਵੈ ਬਈ ਧੁੱਪ ਹੈ ਵੀ ਨਾ ਅਸਾਂ ਕੰਮ ਅਲਹਮਦੁਲਿਲਾ ਅਸੀਂ ਥੱਲੇ ਕਰੀ ਸਕਦੇ ਹਾਂ ਧੁੱਪ ਤੇਜ਼ ਹੋਈ ਗਈ ਹੈ ਇਸਨੇ ਥੱਲੇ ਅਸਾਂ ਇਸ ਸੀੜੀ ਨੇ ਪਹਿਲੇ ਸਾਰੇ ਜਿਹੜੇ ਸਟੈਪਸ ਨਾ ਉਹ ਲਾਸਾਂ ਉਸ ਤੋਂ ਬਾਅਦ ਜਿਹੜਾ ਵੈ ਨਾ ਇਨਸ਼ਾਅੱਲਾ ਇਸ ਸੀੜੀ ਕੀ ਇੱਥੇ ਤਿਆਰ ਕਰੀ ਜਦ ਫਿਰ ਉਸ ਨਾਲ ਅਟੈਚ ਕਰ ਸਾਂ ਆਪਣੇ ਟੈਰਿਸ ਨੇ ਨਾਲ ਹੁਣ ਸਾ ਜਿਹੜਾ ਫਸਟ ਸਟੈਪ ਹੈ ਨਾ ਇਸ ਕੇ ਅਸਾਂ ਕਿੱਲਾਂ ਦੇ ਨਾਲ ਲਾਉਣਾ ਵੈ ਇਹ ਡਰਿੱਲ ਮਸ਼ੀਨ ਜਿਹੜੀ ਹੈ ਮੈਂ ਟਰਾਈ ਕਰੀ ਚੁੱਕਿਆ ਇਸਨੇ ਵਿੱਚ ਕੰਮ ਨਹੀਂ ਕਰ ਰਹੀ ਕਿਉਂਕਿ ਬਹੁਤ ਸਖ਼ਤ ਲੱਕੜ ਹੈ ਨਾ ਇੱਕ ਸਾਈਡੂ ਪੇ ਜੋੜਨ ਲੱਗੇ ਆ ਇਸਨੇ ਸਟੈਪਸ ਬਾਅਦ ਵਿੱਚ ਇਹ ਦੂਈ ਸਾਈਡੂ ਜੁੜ ਸਨ ਕੀਤਾ ਔਰ ਇਨਸ਼ਾਅੱਲਾ ਇਹ ਸੀੜੀ ਯਕੀਨਨ ਬਹੁਤ ਖੂਬਸੂਰਤ ਲਈ ਸੀ ਜਿਹੜਾ ਇਹ ਜੁੜੀ ਗਈ ਇੱਕ ਫੁੱਟ ਨੇ ਸਟੈਪ ਉੱਪਰ ਅਸਾਂ ਇੱਕ ਜਿਹੜਾ ਵਾ ਨਾ ਇਹ ਲਾਉਣ ਲੱਗੇ ਹੋਏ ਹਾਂ ਇੱਧਰ ਰੱਖੇ ਬਾਬਾ ਬਹੁਤ
ਕੰਮ ਸਾਡਾ ਜਾਰੀ ਹੈ, ਤਰੇ ਸਟੈਪਸ ਤੱਕ ਨੇ ਉਸ ਲਾਈ ਛੋੜੇ ਇਸਨੇ ਆਦਾ ਹੁਣ ਇਨਸ਼ਾਅੱਲਾ ਜਿਹੜਾ ਵੈ ਨਾ ਚੌਥਾ ਸਟੈਪ ਅੱਲਾ ਨੇ ਫਜ਼ਲੋ ਕਰਮ ਨੇ ਨਾਲ ਰਹੀ ਗਿਆ ਵੈ ਲਾਣੇ ਜਵਾ ਬਾਬਾ ਹਾਂ ਚਾਹੇ ਕਾ ਕੀ ਪ੍ਰੋਗਰਾਮ ਹੈ ਅੱਛੇ ਸਹੀ ਕਹਿੰਦੇ ਛੇ ਨਸ਼ਾ ਨਹੀਂ ਹੈ ਹੋਰ ਨਸ਼ਾ ਕਰੇਗਾ ਨਾ ਅਲਹਮਦੁਲਿਲਾ ਹੋਰ ਬਾਬਾ ਹਾਂ ਕੋਈ ਨਸ਼ਾ ਨਹੀਂ ਕਰਨੇ ਜਨਾਬ ਵਾਲਾ ਇਹ ਨਸਵਾਰ ਸਵਾਰ ਕੋਣ ਬਾਣੇ ਨਾ ਹੀ ਸਿਗਰਟ ਤਾਂ ਚਾਹ ਨੇ ਅਸਾਂ ਦੋਏ ਸ਼ੌਕੀਨ ਆ ਹੁਣ ਕੁਸੇ ਫੋਨ ਮਾਰਨੇ ਆ ਕਾਰ ਬਾ ਕੋ ਚਾਹ ਭੇਜੋ ਜਨਾਬ ਸਾਡੇ ਵਾਸਤੇ ਕਿਉਂਕਿ ਦੋ ਬੰਦੇ ਜਿਹੜਾ ਨਾ ਬੜੀ ਮਿਹਨਤ ਕਰੀ ਰਹੇ ਬੜੇ ਥੱਕੇ ਸਾਰਾ ਸੇ ਬਹੁਤ ਚਾਹ ਚ ਲੱਗਤੇ ਹੈਗਾ ਨਾ ਹਾਂ ਹਾਂ ਗਰਮੀ ਦੀ ਜਗ੍ਹਾ ਕੰਮ ਕਰਨੀ ਤੇ ਚਾਹ ਚਾਹੀ ਨਹੀਂ ਹੋਣੀ ਯਾਰ ਕੀ ਕਹਤੇ ਆ ਬਾਬਾ ਹਾਂ ਐਸੀ ਜਗ੍ਹਾ ਚਾਹੇਗਾ ਮਜ਼ੇ ਕੁਛ ਮਜ਼ਾ ਹੋਤਾ ਹੈ ਮਜ਼ਾ ਰੋਟੀ ਕੋ ਮਜ਼ਾ ਹੋਤਾ ਹੈ ਜਾ ਅਸਾਂ ਪਹਿਲੇ ਇੱਕ ਸਾਈਡ ਨੂੰ ਜੋੜੀ ਗਿਆ ਜਨਾਬ ਵਾਲਾ ਤੇ ਤੱਕੀ ਰਹੇ ਆ ਸਟੈਪਸ ਕੀ 1 2 3 4 ਬਾਸ ਬਸ ਬਸ ਹੋਰ ਨਹੀਂ ਬਹੁਤ ਹੈ ਹੋਰ ਨਹੀਂ ਹਾਂ ਬਾਬਾ ਇਤਨਾ ਬਹੁਤ ਹੈ ਨਾ ਬਹੁਤ ਹੈ ਬਹੁਤ ਹੈ ਇਧਰ ਇਹ ਇਹ ਹੈ ਕਹਿੰਦਾ ਕਿਸ਼ਤਾ ਮਾਸ਼ਾਅੱਲਾ ਬੜੇ ਸੋਹਣੇ ਸਟੈਪਸ ਲੱਗੇ ਨੇ ਬਹੁਤ ਮਜ਼ਬੂਤ ਹੈ ਉਹ ਕੀ ਕਰੇ ਇਧਰ ਸਪੋਰਟ ਮਫੋਰਟ ਹੁਣ ਇਸੇ ਦੂਈ ਸਾਈਡ ਜਿਹੜਾ ਨਾ ਲੱਗ ਸੀ ਤਾਂ ਬਾਅਦ ਫਿਰ ਇੱਥੋਂ ਨੱਟਾਂ ਨਾਲ ਬੰਨਣ ਉਸ ਸੀ ਜਨਾ ਤਕੋਹਾ ਵਈ ਪ੍ਰਸਾਂਗ ਕਿਤਨੀ ਸੋਹਣੀ ਗਿਆ ਉਸਾ ਨਾਮ ਹੈ ਲੱਗੀ ਹੈ ਹੁਣ ਇਸੀ ਫਿਕਸ ਕਰਨੇ ਆ ਇੱਥੇ ਤਾਂ ਫਿਰ ਤੱਕਣੇ ਆ ਚੜੀ ਗਿਆ ਵਈ ਇਸ ਕਾਬਲ ਹੈ ਜਾਂ ਨਹੀਂ ਚੜਨਾ ਬੜਾ ਆਸਾਨ ਹੋ ਗਿਆ ਤਕੋ ਬਿਲਕੁਲ ਈਜ਼ੀਲੀ ਆਰਾਮ ਸਕੂਨ ਦੇ ਨਾਲ ਢਲੋ ਤੇ ਚੜੋ ਇਸੇ ਤਰ੍ਹਾਂ ਹੁਣ ਪਰਲੀ ਸਾਈਡ ਵੀ ਬਣਾ ਸਾਂ ਹਾਂਜੀ ਸਾਜ ਸਾਹਿਬ ਆਈ ਗਏ ਹੋ ਕਿਆ ਕਿਆ ਆਂਦਾ ਏ ਚਾਹੀਦੀ ਹੈ ਹਾਂ ਕੇਕ ਬਿਸਕਟ ਆਏ ਹਾਏ 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 ਜੰਗਲ ਮੈਂ ਦੰਗਲ ਹੋਈ ਗਿਆ ਜਨਾਬੇ ਵਾਲਾ ਇਸ ਲਈ ਤੱਕ ਸਾਡਾ ਨਾਸ਼ਤਾ ਜਿਹੜਾ ਵਾ ਨਾ ਉਹ ਹਜ਼ਮ ਹੋ ਗਿਆ ਨਾਸ਼ਤਾ ਹਜ਼ਮ ਹੋ ਚੁੱਕਾ ਹਾਂ ਹਜ਼ਮ ਹੋ ਗਿਆ ਸਰ ਹਾਂ ਨਾਸ਼ਤਾ ਨਹੀਂ ਦੋ ਰੋਟੀ ਖਾਏਗਾ ਉਹ ਖਤਮ ਬਿਲਕੁਲ ਇਹ ਜੰਗਲ ਨੇ ਸਾਰਾ ਮੈਂ ਬਸ ਖਤਮ ਅੱਛਾ ਚੈੱਕ ਕਰੋ ਹਾਂ ਜਨਾਬ ਪਿਓਰ ਇਹ ਡੱਬਿਆਂ ਦੀ ਚਾਹ ਵੇ ਇਸਨੇ ਜ਼ਰਾ ਵੀ ਦੇਸੀ ਦੁੱਧ ਹੈ ਨਾ ਦੇਸੀ ਦੁੱਧ ਹੈ ਹੁਣ ਜਨਾਬ ਜਿਹੜੀ ਇਸਨੀ ਇਹ ਸਾਈਡ ਆ ਨਾ ਇਧਰੋਂ ਸੀੜੀ ਰਹੀ ਗਿਆ ਉਧਰੋਂ ਤਾਂ ਤੱਕ ਉਹ ਲੱਗੀ ਗਈ ਹੈ ਨਾ ਹੁਣ ਇਸ ਸਾਈਡ ਤੋਂ ਇਨਸ਼ਾਅੱਲਾ ਲਾਸਾਂ ਫਿਰ ਦਵਾਂ ਸਾਡੂ ਜਿਹੜਾ ਨਾ ਟੈਰਸ ਨੇ ਉੱਪਰ ਅਸਾਂ ਈਜ਼ੀਲੀ ਆਈ ਜਾਈ ਸਕਸਾਂ ਇਸੇ ਪ੍ਰਸੰਗ ਹੈ ਨਹੀਂ ਵੀ ਤੱਕ ਹਾਂ ਇੱਕ ਸਾਈਡ ਅਸਾਂ ਮੁਕੰਮਲ ਕਰ ਛੋੜੀ ਹੈ ਦੂਈ ਸਾਈਡਾਂ ਵਾਸਤੇ ਸਾਡੇ ਕੋਲ ਨੱਟ ਕੋਣੀ ਰਹੇ ਤਾਂ ਨੱਟ ਆਣਨੇ ਪੈ ਸਣ ਅਸਾਂ ਕੀ ਕਿਲ ਇਹ ਦਿਹਾੜੇ ਜਨਾਬ ਤੂਫਾਨੀ ਔਰ ਬਰਫਾਨੀ ਜਿਹੜੀ ਹੈ ਨਾ ਗਰਮੀ ਪੈਣੀ ਹੈ ਇਸ ਵਜ੍ਹਾ ਤੋਂ ਮੈਂ ਤਾਂ ਬਾਬਾ ਹਾਂ ਜਿਹੜੇ ਆ ਨਾ 11 ਤੱਕ ਕੰਮ ਕਰ ਰਿਹਾ 6 ਵਜੇ ਤੋਂ ਜਾਂ 5:30 11 ਤੱਕ ਕਿਆ ਕਹਤੇ ਹੋ ਬਾਬਾ ਹਾਂ ਗਰਮੀ ਬਹੁਤ ਤੂਫਾਨੀ ਹੈ ਨਾ ਦੇਖਾ ਉਹ ਬੂਟਾ ਦੇਖਾ ਬੂਟਾ ਸੜ ਹੋ ਗਿਆ ਬੂਟਾ ਸੜ ਮਰ ਗਿਆ ਚਲੋ ਕੋਈ ਨਹੀਂ ਤਾਂ ਹੁਣ ਜੁਲਨੇ ਆ
ਕੋਈ ਕਾਰ ਦੋ ਤਰੇ ਘੰਟੇ ਰੈਸਟ ਕਰੀਏ ਫਿਰ ਮੁੜਨੇ ਆ ਜਨਾਬ ਤੇ ਅੱਗੇ ਸੋ ਕੀ ਦੱਸਨੇ ਆ। ਇਹ ਸੀੜੀ ਵੀ ਬੜੀ ਜ਼ਬਰਦਸਤ ਕਿਸਮ ਦੀ ਤਿਆਰ ਹੋਈ ਹੈ ਬਾਬਾ ਨੇ। ਵੀਡੀਓ ਜਨਾਬ ਮੈਂ ਕੋਲੈਬ ਕਰ ਰਿਹਾ ਟੈਪ ਟੈਪ ਸੈਂਡ ਐਪ ਨੇ ਨਾਲ, ਜਿਸ ਨੇ ਥਰੂ ਤੁਸੀਂ ਆਪਣੇ ਪਿਆਰਿਆਂ ਕੀ ਪਾਕਿਸਤਾਨ ਘਰ ਬੈਠੇ ਹੋ ਇਹਨਾਂ ਕੰਟਰੀਜ਼ 'ਚੋਂ ਪੈਸੇ ਭੇਜੀ ਸਕਣੇ ਹੋ। ਔਰ ਅਗਰ ਤੁਸੀਂ ਮਾੜਾ ਪ੍ਰੋਮੋ ਕੋਡ ਯੂਜ਼ ਕਰੋ ਕਸ਼ਮੀਰ ਟੀ ਵੀ ਤਾਂ ਜਨਾਬ ਤੁਸੀਂ ਕੀ 10 ਪਾਊਂਡ ਫ੍ਰੀ ਲੱਭ ਸਾਂ। ਸੀਡੀ ਚੈੱਕ ਕਰੋ, ਹਾਂ ਇਹ ਦੂਈ ਬਣੀ ਗਈ ਹੈ ਜਨਾਬ, ਇਸ ਪਰ ਚੜ੍ਹਨੇ ਆ ਹੁਣ। ਇਹ ਤਾਂ ਕੋਹਾਂ ਹੁਣ ਚੜ੍ਹੀ ਗਿਆ ਤਾਂ ਅਗਲੀ ਵੀ ਤੁਸਾਂ ਕੀ ਦੱਸਣੇ ਆ, ਇੱਧਰੋਂ ਢਲਨੇ ਆ ਤਾਂ ਕੋਹਾਂ ਕੈਸੀ ਖੂਬਸੂਰਤ ਹੋਈ ਗਈ ਹੈ ਜਨਾਬ ਵਾਲਾ। ਇਹ ਸੀੜੀ ਵੀ ਪਰਲੀ ਸੀੜੀ ਵੀ ਉਹ ਟੈਰਿਸ ਉੱਪਰ ਜਿਸਾ ਮਰਜ਼ੀ ਹੈ ਜਾਂ ਕਿਆ ਕਹਤੇ ਹਾਂ ਬਾਬਾ ਹਾਨ, ਮਾਸ਼ਾਅੱਲਾ ਬਹੁਤ ਅੱਛਾ ਹੋ ਗਿਆ ਦੇਖੋ ਨਜ਼ਾਰਾ, ਦੇਖੋ ਨਜ਼ਾਰਾ, ਆਹ ਹਾ 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 ਨਜ਼ਾਰਾ ਇੰਨਾ ਵਿਸਲਾ ਮੱਠਾ ਮੱਠਾ ਚਾੜ ਇੱਧਰੋਂ ਪਈ ਗਿਆ, ਤਪਸ਼ ਗਰਮੀ ਨਹੀਂ ਬਿਲਕੁਲ ਗਈ ਤਾਂ ਝੱਖੜ ਝੁੱਲਣ ਲੱਗੇ ਆ ਵੈ, ਕਿਆ ਹੀ ਮੈਣਾ ਜੀ ਖੂਬਸੂਰਤ ਮੌਸਮ ਹੋਈ ਗਿਆ। ਔਰ ਇਹ ਫਿਰ ਡੈਮ ਆ ਵੈ ਅੱਗੇ ਖੁੱਲ੍ਹਾ ਸਮੁੰਦਰ ਹੈ, ਆਏ ਹਾਏ 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 ਹਾਏ। ਜਿਸ ਤਰ੍ਹਾਂ ਕਿ ਅਸਾਂ ਚੇਂਜਿੰਗ ਕੀਤੀ ਸੀ ਇਸ ਨਾਲ ਦਰਵਾਜ਼ਾ ਵੈ, ਲੇਕਿਨ ਬਾਕੀ ਚੀਜ਼ਾਂ ਬਾਅਦ 'ਚ ਚੇਂਜ ਨਾ, ਫਲੋਰ ਜਿਹੜਾ ਨਾ ਇਹ ਮੈਨੂੰ ਪਸੰਦ ਨਹੀਂ ਆਇਆ ਕਿ ਅੱਗੇ ਬਾਂਸ ਅਸਾਂ ਲਾਏ, ਲੇਕਿਨ ਉਹ ਫੈਸਲਾ ਇਹ ਕੀਤਾ ਕਿ ਬਾਂਸਾਂ ਨੇ ਉੱਪਰ ਹੀ ਨਾ ਫੱਟੇ ਲਾ ਸਾਂ, ਕੁਝ ਬਾਂਸ ਜਿਹੜੇ ਇਹਨਾਂ ਵਿੱਚੋਂ ਸਿਰਫ ਕੱਟ ਸਾਂ ਜਿਹਨਾਂ ਲੈਵਲ ਸਾਰੇ ਫਰਸ਼ਾਂ ਨਾਲ ਖਰਾਬ ਕੀਤੇ ਆਵੇ, ਤਾਂ ਕਿ ਫਟਿਆ ਨਾ ਫਰਸ਼ ਆਵੇ ਹਰ ਸਾਈਡ, ਔਰ ਇੱਕ ਖੂਬਸੂਰਤ ਫਰਸ਼ ਹੈ ਤਾਂ ਹੀ ਇਹ ਉਸੀ, ਵੈਸੇ ਇਹ ਬਾਂਸਾਂ ਨਾਲ ਖੂਬਸੂਰਤ ਨਹੀਂ ਆ ਰਹੇ ਹੋਇਆ ਜਨਾਬ, ਤਾਂ ਹੁਣ ਇਸ ਨਾਲ ਫਰਸ਼ ਜਿਹੜਾ ਨਾ ਇਹ ਫਟਿਆ ਨਾ ਇਨਸ਼ਾਅੱਲਾ ਸ਼ੁਰੂ ਕਰਨੇ ਆ ਪਾਣਾ। ਅਸਾਂ ਕੀ ਇੱਕ ਇੱਕ ਫੱਟਾ ਲਾਉਣਾ ਪਿਆ ਸੀ ਵਾਪਸ, ਕੀ ਆ ਕਿ ਬਾਂਸਾਂ ਨੇ ਉੱਪਰ ਨਾ ਫਰਸ਼ਾਂ ਨੇ ਉਹ ਲੈਵਲ ਨਹੀਂ ਪਿਆ ਹੋਣ ਲੱਗਿਆ, ਲੈਵਲ ਜਾਂ ਲੈਵਲ ਮੈਂ ਫਰਸ਼ਾਂ ਨਾਲ ਝਾਉਣਾ ਨਾ ਉਹ ਲੈਵਲ ਨਹੀਂ ਪਿਆ ਹੋਣ ਲੱਗਿਆ, ਤਾਂ ਜਦ ਤੱਕ ਲੈਵਲ ਨਾ ਖੂਬਸੂਰਤ ਹੋਵੇ ਤਾਂ ਕੋਈ ਫਾਇਦਾ ਨਹੀਂ ਹੈ ਫਰਸ਼ਾਂ ਨਾਲ, ਕਿਉਂਕਿ ਅਗਰ ਬੇਸ ਹੀ ਨਹੀਂ ਤੁਸਾਂ ਨਹੀਂ ਸਹੀ ਖੂਬਸੂਰਤ ਤਾਂ ਉੱਪਰ ਜਾਈ ਗਏ ਫਿਰ ਕਿਆ ਖੂਬਸੂਰਤ ਲੱਗੀ ਸੀ ਯਾਰ। ਅੰਦਰੋਂ ਕੈਮਰਾ ਮਾਰ ਸਾਂ, ਮੈਂ ਚਾਹਾਂ ਕਿ ਅੰਦਰੋਂ ਬਾਹਰੋਂ ਹਰ ਸਾਈਡ ਇੱਕ ਅਸਾਂ ਨਾ ਇੱਕ ਖੂਬਸੂਰਤ ਘਰ ਲੱਗਿਆ ਸਾਰਾ ਮਾਸ਼ਾਅੱਲਾ, ਤਾਂ ਹੁਣ ਸਾਰੇ ਬਾਂਸ ਜਿਹੜੇ ਨੇ ਅਸਾਂ ਕੱਢਣ ਲਈ ਆ। ਹਾਂ ਜਨਾਬ, ਕਿਸ ਤਰ੍ਹਾਂ ਖਾਲੀ ਹੋਇਆ ਥੱਲੋਂ ਸਾਰਾ ਵਾਪਸ, ਤਾਂ ਇਹ ਜਿਹੜੇ ਇਸਨੇ 4 ਬਾਂਸ ਚੜਨਾ ਇਹ ਹੁਣ ਪੂਰੇ ਫਰਸ਼ਾ ਕਿ ਇਨਸ਼ਾਅੱਲਾ ਚਾਹੀ ਕੇ ਰੱਖ ਸਨ, ਕਿਉਂਕਿ ਸਾਡੇ ਕੋਲ 10-10 ਫੁੱਟ ਨਾਲ ਬਾਂਸ ਹੋਇਆ ਸਿਰਫ ਪੈਣੇ ਆਈ ਜਾ ਸਨ, ਬਣ ਜਾ ਇਹ ਖੂਬਸੂਰਤ ਫਰਸ਼ ਬਣ ਗਿਆ ਸੀ, ਫਿਰ ਮਜ਼ਾ ਅੱਜ ਸੀ ਜਨਾਬ ਵਾਲਾ। ਤੁਸਾਂ ਕੀ ਵੀ ਲੱਥੋ ਤੱਕ ਸੋ ਇਨਸ਼ਾਅੱਲਾ ਹੁਣ ਅਸਾਂ ਉਸ ਨਾਲ ਕੰਮ ਸ਼ੁਰੂ ਕਰਨੇ ਆ। ਔਰ ਇਹ ਜਨਾਬ ਫਟਿਆਂ ਨੇ ਹਵਾਲੇ ਨਾਲ ਜਿਹੜੇ ਮੈਂ ਫਟਿਆਂ ਨੇ ਫਰਸ਼ ਲਾਉਣ ਦਾ, ਇਹ ਸਾਡੇ ਕਾਫੀ ਵਿਊਵਰਸ ਦੀ ਚੋਇਸ ਵੀ ਹੈ ਸੀ ਕਿ ਫਰਸ਼ ਜਿਹੜਾ ਨਾ ਇਹ ਫਟਿਆਂ ਨਾਲ ਹੋਣਾ ਚਾਹੀਦਾ, ਤਾਂ ਮੈਂ ਵੀ ਫੀਲ ਕੀਤਾ ਕਿ ਵਾਕਿਆ ਹੀ ਫਰਸ਼ ਜਿਹੜਾ ਨਾ ਇਹ ਫਟਿਆਂ ਨਾਲ ਹੀ ਸੋਹਣਾ ਲੱਗ ਸੀ ਇਨਸ਼ਾਅੱਲਾ। ਮਾਸ਼ਾਅੱਲਾ ਹੁਣ ਬਹੁਤ ਹੀ ਖੂਬਸੂਰਤ ਜਨਾਬ ਫਰਸ਼ ਪਿਆ ਲੱਗਣ ਲੱਗਿਆ ਬਾਬਾ ਖਾਨ, ਕਿਆ ਕਹਤੇ ਆਪ, ਅਭੀ ਖੂਬਸੂਰਤ ਹੈ ਨਾ, ਬਹੁਤ ਅੱਛਾ ਲੱਗਤਾ ਹੈ, ਹਾਂ ਪਹਿਲਾਂ ਨੇ ਇੱਕ ਉੱਪਰ ਇੱਕ ਨੀਚੇ, ਹਾਂ ਵੋ ਮਜ਼ਾ ਨਹੀਂ ਥਾ ਅਭੀ, ਬਹੁਤ ਅੱਛਾ।
हां देखा अभी प्लेन हो गया प्लेन हां प्लेन हो गया एक जैसा आदमी सोता है ऐसे बराबर रहा हां बिस्तर भी लगाया गया इधर जनाब फटे खत्म हो गए सन फिर आदा नाले विच आया मैं ते बाबा खान आदा दिस हां बाबा खान ठीक है हां ठीक है अल्हम्दुलिल्लाह हां ए लंबे फटे ता चार चार चाहिए ए समझो वे दुए 10 12 फटिया ने बराबर है ए 10 10 11 11 फुट एक फटा लंबा और बहुत ही ज्यादा वजनदार है लेकिन इंशाल्लाह इना ना फायदा है उसी के फर्श बड़ा सोना हो जासी साडा ओए आय 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 कंडा लगी गया ओए पैरा च माशाल्लाह जी तकरीबन अद्धा तू ज्यादा फर्श जेड़ा ना कंप्लीट करी खड़े आसा लेकिन हुन तक ने सो शाम पई गई है इस वजह तू ना सा काम जेड़ा ना ए रोकी छोड़िया वे माशाल्लाह इसलै साडे घर ने बाहर जेड़ा व्यू है ना ओ इतना ही प्यारा वे बारिश है ना और सोचो जिस जेड़ा बारिश अच्छी तूफानी और ए घर पूरा रेडी हो सी ਉਸ ਦਿਹਾੜੇ ਥਾ ਕੋਈ ਅਲੱਗ ਹੀ ਮੰਜ਼ਰ ਉਸੀ ਜਨਾਬ ਵਾਲੇ ਤੇ ਅੰਡਰ ਪ੍ਰੋਸੈਸ ਹੈ ਲੇਕਿਨ ਇਸ ਤਰ੍ਹਾਂ ਵੀ ਇਧਰੋਂ ਆਂਧੀ ਤੇ ਤੂਫਾਨ ਆਈ ਰਿਹਾ ਵਾ ਸ਼ਾਮ ਨਾ ਟਾਈਮ ਹੈ ਤੇ ਮੈਂ ਕਿਹਾ ਕਿ ਵੀਡੀਓ ਦਾ ਐਂਡ ਜਿਹੜਾ ਨਾ ਇਹ ਬਾਹਰੋਂ ਕਰ ਕਿਆ ਗਿਆ ਤੇ ਬਾਬਾ ਹਾਂ ਵਿਊ ਕੈਸਾ ਹੈ ਬਹੁਤ ਅੱਛਾ ਹੈ ਦੇਖ ਉਹ ਕਿਨਾਰਾ ਕਿਨਾਰਾ ਮੇ ਲੰਗੀ ਹੈ ਹਾਂ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਅੱਛਾ ਹੋ ਗਿਆ ਤੇ ਇੱਕ ਵਾਰ ਸਭ ਕੋ ਸਲਾਮ ਦੁਆ ਦੇ ਦੇ ਅੱਲਾ ਹਾਫਿਜ਼ ਬੋਲ ਦੇ ਸਭ ਵੀਵਰਸ ਕੋ ਅਸਲਾਮ ਅਲੈਕੁਮ ਜਮਾ ਦਵਾ ਸਲਾਮ ਅਜ਼ਰ ਕਬੂਲ ਮਨਜ਼ੂਰ ਕਰੋ ہاں ابھی ان شاء اللہ سب کو بتائے کل ملیں گے ان شاء اللہ سب کل ملے گا ہر جو بس جائے گا نماز پڑھے گا بس ہوتا ہے ہاں بس ہو جائے گا تیار ساری کام کری کری کیا ہوں جڑا نا کار جائے گو منجی لوڑنی ہے جناب تو اللہ سننے والا ہے ان شاء اللہ نیکسٹ بلاگ ملنے اللہ نے حکم نال تکنے جاؤ اس نا جا ڈیزائن ਸਕੈਚ ਸਾਰਾ ਮੈਂ ਜਿਹੜਾ ਆਪਣੇ ਮਾਇੰਡ ਨੇ ਵਿੱਚ ਤਿਆਰ ਕੀਤੇ ਆ ਨਾ ਇਨਸ਼ਾਲਾ ਉਹ ਤੁਸਾਂ ਕੀ ਬਹੁਤ ਹੀ ਜ਼ਿਆਦਾ ਪਸੰਦ ਸੀ ਔਰ ਇਨਸ਼ਾਲਾ ਇਸ ਨੇ ਅੰਦਰ ਇੱਕ ਯੂਨੀਕ ਚੀਜ਼ ਉਸੀ ਜਨਾਬ ਵਾਲਾ ਵੈਸੇ ਖਾਲੀ ਘਰ ਨਹੀਂ ਆਉਣ ਲਾ ਇਸ ਨੇ ਅੰਦਰ ਇੱਕ ਯੂਨੀਕ ਚੀਜ਼ ਐਸੀ ਬਣਾ ਸਾ ਜਿਹੜੀ ਮਾੜੀ ਵਿਊਵਰਸ ਕੀ ਬਹੁਤ ਜ਼ਿਆਦਾ ਪਸੰਦ ਸੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ